ਹੁਣ ਦੱਸ ਭਲਵਾਨਾ ਕਿਆ ਬਾਤ ਆ ਵੀਰੇ, ਸਿਹਤਾਂ ਕੈਮ ਨੇ? ਮੈਂ ਕਿਹਾ ਸੁੱਤਾ ਉੱਠ ਠੀਕ ਦਾ ਹੈਲਥੀ ਹੋ, ਸਿਹਤ ਕੈਮ ਹੈ, ਕੋਰੋਨਾ ਤੋਂ ਬਚੇ ਹੋਏ ਹੋ? ਹਾਂ ਠੀਕ ਹੈ ਠੀਕ ਹੈ, ਤੂੰ ਸੁਣਾ ਜਮਾ ਸਹੀ ਹੈ ਵੀਰੇ, ਕਿਰਪਾ ਬਾਬੇ ਦੀ, ਬਹੁਤ ਨਿਕਲ ਵਧੀਆ। ਜਾਂਦਾ ਬਸ ਵਿਹਲਾ ਬੈਠਾ ਸੀ, ਮੈਂ ਕਿਹਾ ਲਾਈਵ ਹੋ ਕੇ ਦੇਖਾਂ, ਤੁਹਾਡਾ ਦੇਖਿਆ ਸੀਗਾ ਉਧਰ, ਮੈਂ ਕਿਹਾ ਮੈਂ ਵੀ ਹੁੰਨਾ, ਖਬਰਾਂ ਗੈਰੀ ਵੀਰ ਆਈ ਜਾਵੇ ਆਨਲਾਈਨ। ਹਾਂ ਮੈਂ ਤਾਂ ਹੋਇਆ ਨਾ ਵਿਹਲਾ, ਇੱਥੇ ਕੋਈ ਹੈ ਨਹੀਂ ਕੋਈ ਮੇਰੇ ਨਾਲ ਗੱਲ ਕਰਨ ਨੂੰ। ਬਸ ਬਸ ਹੁਣ ਆਪਾਂ ਹੀ ਕੁਝ ਕਰਿਆ ਕਰਨਾ, ਲਾਈਵ ਹੋ ਕੇ ਗੱਲਾਂ ਬਾਤਾਂ ਸਾਰੇ ਚਾਹਣ ਵਾਲਿਆਂ ਨਾਲ। ਗਾਣਾ ਆ ਰਿਹਾ ਜੱਟ, ਹੈ ਫਿਰ ਕੰਮ ਆਉਂਦੇ ਉੱਥੇ ਜੱਟ। ਆਏ ਓਏ, ਫਿਰ ਕੰਮ ਆਉਂਦੇ ਉੱਥੇ ਜੱਟ, ਅੱਜ ਸ਼ੂਟ ਆ। ਕਿਆ ਬਾਤ ਆ, ਗੁੱਡ ਲੱਕ ਵੀਰੇ, ਤਾਂ ਹੀ ਸਾਜਰੇ ਉੱਠੇ ਫਿਰਦੇ ਹੋ ਨਾ? ਹਾਂ ਮੈਂ 8 ਵਜੇ ਹੁਣੇ ਉੱਠ ਕੇ, ਤੇ ਮੈਂ ਪਹਿਲਾਂ ਮੈਂ ਇੰਸਟਾਗ੍ਰਾਮ ਦੇਖਿਆ, ਕਹਿੰਦੇ ਕਰਨ ਸਿੰਘ ਲਾਈਵ ਹੋਇਆ, ਮੈਂ ਕਿਹਾ ਚੱਲ ਭੇਜ ਕੇ ਦੇ ਦੇਣਾ ਰਿਕੁਐਸਟ। ਕਿਆ ਬਾਤ ਆ, ਕਿਆ ਬਾਤ ਆ। ਹੋਰ ਵੀਰੇ, ਆਪਾਂ ਗਾਣਾ ਕਦੋਂ ਕਰਨਾ? ਆਪਾਂ ਗਾਣਾ ਤਾਂ ਪੜਾਕਾ ਹੀ ਹੋਣਾ ਨਾ, ਫਿਰ ਤੁਹਾਨੂੰ ਪਤਾ ਹੀ ਆ ਨਾ, ਫਿਰ ਆਪਣੇ ਵਾਲਾ ਗਾਣਾ ਅਲੇ ਤਵੇ ਤੇ ਪਾਇਆ, ਲੋ ਲੋ ਕੁੱਕ ਕਰ ਰਿਹਾ ਉਹਨੂੰ ਮੈਂ ਜਮਾ, ਲੋ ਤੇ ਕਰਕੇ ਹੌਲੀ ਹੌਲੀ ਪੱਕ ਗਿਆ, ਜਦੋਂ ਜਿਵੇਂ ਘਰ ਦੀ ਦਾਰੂ ਨੀ ਬਣਦੀ ਹੁੰਦੀ, ਵਿੱਚ ਅੰਗੂਰ ਅਨਾਰ ਸੁੱਟ ਰਹੇ ਆ, ਹਲੇ ਕਾਫੀ ਕੁਛ ਪੈ ਰਿਹਾ ਵਿੱਚ, ਹੌਲੀ ਹੌਲੀ ਬਣ ਕੇ ਆਉਣ ਦੇ ਤੁਹਾਡੇ ਫਿਰ ਮੂਹਰੇ ਆਏਗਾ। ਆਉਣ ਦੇ, ਆ ਕਰੋਨਾ ਬਸ ਤੋਂ ਬਾਅਦ ਵੀ ਹੋਣਾ ਕੈਨੇਡਾ, ਜਾਂ ਤੂੰ ਇੰਗਲੈਂਡ ਆ ਜੀ। ਆਜੋ ਆਜੋ, ਵੈਲਕਮ ਆ ਬਹੁਤ। ਬਸ ਆ ਮੁੱਕੇ ਤਾਂ ਸਹੀ, ਆਪਾਂ ਸਾਰੇ ਕਿਤੇ ਇੰਡੀਆ ਨੂੰ ਵੀ ਬਹੁਤ ਮਿਸ ਕਰ ਰਹੇ ਆ, ਇੰਗਲੈਂਡ ਨੂੰ ਵੀ ਬਹੁਤ ਮਿਸ ਕਰ ਰਹੇ ਆ, ਕੈਨੇਡਾ ਤਾਂ ਚਲੋ ਬੈਠੀ ਆ, ਬਸ ਮਿਲੀਏ, ਤੁਹਾਨੂੰ ਵੀ ਬਹੁਤ ਮਿਸ ਕਰ ਰਹੇ ਆ। ਮਿਸ ਯੂ ਟੂ ਬ੍ਰੋ। ਮੈਂ ਅੱਜ ਇੱਕ ਚੀਜ਼ ਲਿਖੀ ਸੀ ਗੈਰੀ ਵੀਰੇ, ਹਾਂ ਸ਼ੇਅਰ ਫੀਲਿੰਗ ਲਿਖਿਆ ਸੀ, ਸ਼ੇਅਰ ਫੀਲਿੰਗ, ਹਾਂ ਜਿਵੇਂ ਉਦਾਂ ਹੀ ਮੈਂ ਬੈਠਾ ਸੀ ਦਿਮਾਗ ਵਿੱਚ, ਮੇਰੇ ਚਾਰ ਕੁ ਲਾਈਨਾਂ ਆਈਆਂ ਜਿਹੜੇ ਸਾਰੇ ਦੇਖ ਰਹੇ, ਸ਼ਾਇਦ ਉਹਨਾਂ ਨੂੰ ਵੀ ਵਧੀਆ ਲੱਗੇ। ਕਹਿੰਦਾ ਕਹਿੰਦਾ ਇਹ ਤਾਂ ਸਰਕਲ ਬਣ ਗਿਆ ਦੁਨੀਆ ਦਾ, ਜੋ ਬੀਜੋਗੇ ਇੱਕ ਦਿਨ ਤਾਂ ਵੱਢਣਾ ਹੀ ਪੈਣਾ, ਹਾਂ ਇਹ ਤਾਂ ਸਰਕਲ ਬਣ ਗਿਆ ਦੁਨੀਆ ਦਾ, ਜੋ ਬੀਜੋਗੇ ਇੱਕ ਦਿਨ ਤਾਂ ਵੱਢਣਾ ਹੀ ਪੈਣਾ, ਜੋ ਕਰਮ ਕਰੋਗੇ ਭਰਨੇ ਪੈਣੇ, ਇੱਕ ਦਿਨ ਤਾਂ ਧੋਖਾ ਕਰਨਾ ਛੱਡਣਾ ਹੀ ਪੈਣਾ। ਵਾਹ ਜੀ ਵਾਹ। ਕਹਿੰਦਾ ਬੇਈਮਾਨੀ ਨਹੀਂ ਕਰੀਦੀ ਹੁੰਦੀ, ਬੇਈਮਾਨੀ ਨਹੀਂ ਕਰੀਦੀ ਹੁੰਦੀ, ਰਿਸ਼ਤੇ ਆਏ ਨਹੀਂ ਭੁੱਕਦੇ ਹੁੰਦੇ, ਬਾਈ ਜੀ ਸਰੋਂ ਦੇ ਬੀ ਲਾ ਕੇ ਗੁਲਾਬ ਨਹੀਂ ਉੱਗਦੇ ਹੁੰਦੇ। ਵਾਹ ਜੀ ਵਾਹ, ਕਹਿਣ ਗੱਲਾਂ ਤੇ ਕਹਿਣ। ਕਹਿੰਦਾ ਜਵਾਨ ਨੂੰ ਕੰਟਰੋਲ ਚ ਰੱਖਣਾ ਚਾਹੀਦਾ, ਹਾਂ ਜਵਾਨ ਨੂੰ ਕੰਟਰੋਲ ਚ ਰੱਖਣਾ ਚਾਹੀਦਾ, ਇੱਥੇ ਦੁਨੀਆ ਖਤਮ ਕਰਤੀ ਸਵਾਦਾਂ ਨੇ, ਮਿਹਨਤ ਦਾ ਫਲ ਤਾਂ ਮਿਲਦਾ ਹੀ ਮਿਲਦਾ, ਇੱਥੇ ਨੀਤਾਂ ਨੂੰ ਮਰਾਤਾ ਨੇ। ਕਹਿੰਦਾ ਜਿਨ੍ਹਾਂ ਦੀ ਬਾਤ ਹੀ ਹੋਰ ਹੁੰਦੀ ਆ, ਜਿਨ੍ਹਾਂ ਦੀ ਬਾਤ ਹੀ ਹੋਰ ਹੁੰਦੀ ਆ, ਉਹ ਬਾਤਾਂ ਨਹੀਂ ਬੁੱਝਦੇ ਹੁੰਦੇ, ਤੇ ਸਰੋਂ ਦਾ ਬੀ ਲਾ ਕੇ ਕਦੇ ਗੁਲਾਬਾਂ ਦੇ ਫੁੱਲ ਨਹੀਂ ਉੱਗਦੇ ਹੁੰਦੇ। ਓਏ ਹੋਏ ਹੋਏ, ਬੱਲੇ ਤੇਰੇ ਵਧੀਆ ਕਾਨਿਆ ਲਿਖਣਾ ਬਸ ਕਹਿਣ ਰਿਹਾ ਤੂੰ, ਵੀਰੇ, ਲਵ ਯੂ ਅਦਰ ਨਾਲ ਯਾਰ, ਲੈ ਦੱਸ ਬਹੁਤ ਕਹਿਣ ਲਿਖਣਾ, ਬਹੁਤ ਕਹਿਣ ਲਿਖਣਾ, ਕਿਰਪਾ ਵੀਰੇ, ਬਾਬੇ ਦੀ ਮਾੜਾ ਮੋਟਾ ਕਰੀ ਜਾਂਦੇ ਜਿੰਨਾ ਕੁ ਹੈਗਾ। ਤੈਂ ਔਖਾ ਟਾਈਮ ਦੇਖਿਆ ਯਾਰ, ਤੈਂ ਬਹੁਤ, ਮੈਨੂੰ ਪਤਾ ਬਹੁਤ ਟਾਈਮ ਦਾ ਜਾਣਦਾ ਤੈਨੂੰ ਮੈਂ। ਸਹੀ ਗੱਲ ਆ ਵੀਰੇ, ਆਪਾਂ ਤਾਂ ਤੁਹਾਨੂੰ ਪਤਾ ਹੀ ਆ, ਪਿੱਛੇ ਬੈਠੇ ਰਹਿੰਦੇ ਹੁੰਦੇ ਸੀ ਉੱਥੇ, ਸਾਰਿਆਂ ਨੂੰ ਇਹ ਗੱਲਾਂ ਦਾ ਨਹੀਂ ਪਤਾ, ਆਪਾਂ ਨਾ ਕਿਤੇ ਬੋਲ ਕੇ ਗਈਆਂ ਹਨਾ, ਵੀ ਆਪਾਂ ਕਿੱਦਾਂ ਦਾ ਟਾਈਮ ਦੇਖਿਆ ਜਾਂ ਕੁਛ ਵੀ, ਤੁਸੀਂ ਵੀ ਦੇਖਿਆ ਆਪਣੀ ਲਾਈਫ 'ਚ, ਮੈਂ ਵੀ ਦੇਖਿਆ, ਫਿਰ ਵੀ ਚਲੋ ਜਿੱਥੇ ਵੀ ਆ ਬਾਬੇ ਨੇ ਰੱਖਿਆ ਹੋਇਆ ਬਹੁਤ ਸਹੀ ਆ, ਬਹੁਤ ਵਧੀਆ ਕਿਰਪਾ ਬਾਬੇ ਦੀ, ਸ਼ੁਕਰ ਮਨਾਈ ਦਾ ਆਪਾਂ ਤਾਂ ਰੋਜ਼ ਬਾਈ, ਵੀ ਸਹੀ ਆ, ਰੋਟੀ ਮਿਲਦੀ ਆ, ਸਾਰਾ ਕੁਝ ਸਹੀ ਹੋ ਜਾਂਦਾ, ਬਹੁਤ ਵਧੀਆ। 2014 ਦਾ ਜਾਣਾ ਤੈਨੂੰ, ਆ ਕੀ ਚੱਲ ਪਿਆ, 20 ਚੱਲ ਪਿਆ, 6 ਸਾਲਾਂ ਬਾਅਦ ਸਹੀ ਗੱਲ ਆ। ਹਨਾ ਜਿਨ੍ਹਾਂ ਨੂੰ ਨਹੀਂ ਪਤਾ, ਮੈਂ ਤੇ ਗੈਰੀ ਵੀਰਾ 2014 'ਚ ਪਹਿਲੀ ਵਾਰੀ ਮਿਲੇ ਸੀ, ਸਾਰੀ ਰਾਤ ਬੈਠ ਕੇ ਗੱਲਾਂ ਮਾਰੀਆਂ, ਮੈਨੂੰ ਉਹ ਦਿਨ ਨਹੀਂ ਭੁੱਲਦਾ। ਮੇਰੇ ਇੰਸਟਾਗ੍ਰਾਮ ਤੇ, ਇੱਥੇ ਆਪਣੇ ਇੰਸਟਾਗ੍ਰਾਮ ਤੇ ਫੋਟੋ ਵੀ ਇੱਕ ਹੋਈ ਸੀਗੀ ਬਹੁਤ ਜ਼ਿਆਦਾ ਵਾਇਰਲ ਆਪਣੇ ਦੋਨਾਂ ਦੀ, ਬਹੁਤ ਪੁਰਾਣੀ ਫੋਟੋ ਆ। ਹਾਂ ਮੈਂ ਪਾਈ ਸੀ ਬੱਚੇ ਸਨੈਪਚੈਟ ਤੇ, ਉਦੋਂ ਮੈਂ ਸਿੱਖਦਾ ਹੁੰਦਾ ਸੀ ਵੀਰੇ, ਮੈਨੂੰ ਯਾਦ ਆ ਹਲੇ ਵੀ ਗੱਲ, ਤੁਸੀਂ ਮੈਨੂੰ ਕਹੀ ਸੀ ਉਦੋਂ ਵੀ ਕਰਨੇ ਬਹੁਤ ਕਿ ਜਾਏਗਾ, ਤੇਰੀ ਪੋਟੈਂਸ਼ੀਅਲ ਬਹੁਤ ਆ, ਮੈਨੂੰ ਉਹ ਚੀਜ਼ ਕਾਫੀ ਅੱਗੇ ਲੈ ਆਈ ਬਾਈ, ਹੌਸਲਾ ਹੀ ਹੁੰਦਾ ਨਾ। ਠੀਕ ਹੈ, ਤੈਂ ਹਲੇ ਅੱਗੇ ਜਾਣਾ, ਤੇਰਾ ਟਾਈਮ ਹੈ ਬ੍ਰੋ। ਨਹੀਂ ਨਹੀਂ ਵੀਰੇ, ਭਰਾਵਾਂ ਨਾਲ ਹੀ ਆ ਜੋ ਵੀ ਆ, ਜਾਂ ਭਰਾਵਾਂ ਨਾਲ ਆ, ਜਾਂ ਜਿਹੜੇ ਦੇਖਦੇ ਆ, ਚਾਹੁੰਦੇ ਆ, ਆਪਾਂ ਨੂੰ ਸੁਣਦੇ ਆ, ਸਾਰਿਆਂ ਨੂੰ ਜਾਉ ਨਾ ਕਰਕੇ ਆ, ਮੇਰੀ ਪੂਰੀ ਥੱਲੇ ਸਪੋਰਟ ਆਪਾਂ ਤੈਨੂੰ ਕੁਝ ਨਹੀਂ ਯਾਰ, ਹੈਗੇ, ਮੇਰੀ ਪੂਰੀ ਦੇਖ ਸਪੋਰਟ ਲਓ ਆ, ਮਰਦੇ ਦਮ ਤੱਕ। ਡਨ ਡਨ ਵੀਰੇ, ਡਨ, ਥੈਂਕ ਯੂ ਯਾਰ। ਟੈਲੈਂਟ ਆ ਜੇ ਤੇਰੇ ਵਿੱਚ ਕੁਝ ਹੈਗਾ ਤਾਂ ਹੀ ਤੈਨੂੰ ਕਹਿ ਰਿਹਾ, ਹੋਰ ਮੈਂ ਚੱਕਿਆ ਵੀ ਤੈਨੂੰ, ਤੂੰ ਆ ਓਏ, ਤੇਰੇ ਟੈਲੈਂਟ ਆ, ਯੂ ਆਰ ਡਿਫਰੈਂਟ, ਤੇਰੇ ਤਰਜਾ ਡਿਫਰੈਂਟ ਆ। ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ ਜੀ, ਆਪਣੇ ਵਾਲਾ ਗਾਣਾ ਬਣ ਰਿਹਾ ਪਰ ਬਹੁਤ ਛੇਤੀ ਆਊਗਾ, ਬਣਾ ਯਾਰ ਆਪਾਂ ਕਰੀਏ ਗਾਣਾ, ਬਹੁਤ ਛੇਤੀ, ਮੈਂ ਬੀਟਾਂ ਜਿਹਾ ਕੀਤੀਆਂ ਸੀ, ਬਸ ਡੋਂਟ ਉਹ ਵਰੀ, ਬੀਟ ਦੇਖ ਲਿਆ, ਫੁੱਲ ਸਿਰਾ ਸਿਰਾਇਨ, ਆਪਾਂ ਇੱਥੇ ਹੀ ਹੋ ਜਾਈਏ, ਸਿਰਾ ਹੋ ਜਾਣਾ ਬਸ। ਹੋਰ ਸੁਣਾਓ ਵੀਰੇ, ਸਭ ਵਧੀਆ? ਬਸ ਵਧੀਆ, ਮੈਂ ਅੱਜ ਸ਼ੂਟ ਜੀ ਆ, ਤੇ ਆ ਕੀ ਚੱਲਦਾ ਕਰ ਟਾਈਮ ਕਹਿੰਦੇ ਨਹੀਂ ਆਉਂਦਾ ਪਿਆ, ਕੁਆਰੰਟਾਈਨ ਟਾਈਮ ਬ੍ਰੋ, ਕੀ ਅਮਰੀ ਦੇ, ਮੈਂ ਵੀ ਮਜ਼ਿਓ ਸਿੱਖਿਆ ਅੰਗਰੇਜ਼ੀ, ਮੈਨੂੰ ਵੀ ਦੇਖ ਕੇ ਆਇਆ ਸੋਚਣ ਵਾਲੇ ਦਿਨ ਵੀ ਇਧਰਲਾ ਬੋਰਨਾ ਬਾਈ ਜੀ ਪੰਜਾਬ ਤੋਂ ਹੀ ਗਏ ਆ, ਪੰਜਾਬੀ ਐ, ਆਓ ਕੁਆਰੰਟਾਈਨ ਪਤਾ ਕੀ ਕਹਿੰਦਾ ਭਰਾ, ਮੈਂ ਤਾਂ ਐਦਾਂ ਦੀ ਕੁਝ ਸਮਥਿੰਗ ਸਮਥਿੰਗ। ਹਾਂ ਉਹ ਚੱਲ ਰਿਹਾ, ਸ਼ੂਟ ਕਰਨੀ ਵੀ ਔਖੀ ਹੋਊਗੀ ਫਿਰ ਤਾਂ, ਕਿੱਦਾਂ ਕਰੋਗੇ ਮੈਨੇਜ? ਆ ਥੋੜਾ ਵਾਲਾ ਹੀ ਜਿੱਦਾਂ ਵੀ ਇੱਥੇ ਖੜ ਕੇ 30 30 ਕਿੰਨੇ ਹੋ ਕਿੰਨੇ ਪਤਾ ਨਹੀਂ ਕਿੰਨੇ ਸੈਂਟੀਮੀਟਰ ਦਾ ਫਾਸਲਾ ਵੜ ਕੇ ਮੈਂ ਕੱਢ ਲੈਂਦਾ, ਤੈਨੂੰ ਪਤਾ ਹੀ ਅੱਗੇ ਮੇਰੇ ਕੀ ਗੱਲ ਕਰਦੀ ਆ,
ਚਲੋ ਸਹੀ ਆ ਸਹੀ ਆ ਸਹੀ ਆ, ਚੱਕ ਦੋ ਗੁੱਡ ਲੱਕ ਆ ਵੀਰੇ ਮੇਰੇ ਵੱਲੋਂ। ਹੋਰ ਦੁਆ ਕਦੋਂ ਦਾ ਆਪਣਾ ਕਰੂਗਾ ਸੰਦੀਪ ਵੀਰਾ ਗਾਣਾ? ਕਿੱਦਾਂ? ਸੰਦੀਪ ਵੀਰਾ ਵੀ ਵਧੀਆ, ਸਾਰੇ ਬਸ ਵਧੀਆ, ਬਸ ਸਾਰੇ ਵਧੀਆ ਚੱਲੀ ਜਾਂਦਾ। ਕਿਤੇ ਪੰਦਰੇ ਤੁਰਿਆ ਫਿਰਦਾ ਲੱਗਦਾ ਤੇਰੀ ਸਨੈਪਚੈਟ ਦੇਖੀ ਕੱਲ ਮੈਂ। ਮੈਂ ਤੁਰਿਆ ਫਿਰਦਾ ਹੀ ਮਾੜਾ ਨੇਚਰ ਵੱਲ, ਮੈਨੂੰ ਮਾੜਾ ਜਿਹਾ ਆਈਸੋਲੇਸ਼ਨ ਟਾਈਮ ਚਾਹੀਦਾ ਸੀ ਨਾ, ਮੈਂ ਫਿਰ ਆਇਆ ਸੀ ਮਾੜਾ ਜਿਹਾ ਇੱਧਰ ਬੈਫ ਵੱਲ। ਹਾਂ ਮੈਂ ਦੇਖਦਾ ਕਿਤੇ ਪੰਦਰੀ ਫਿਰਦਾ ਜੰਗਲ ਜੁੰਗਲ 'ਚ ਗਿਆ ਲੱਗਦਾ ਕਿਤੇ। ਹੋਰ ਕੀ, ਪਹਾੜਾ ਪੂੜਾ ਦੀ ਸੈਰ ਤੇ ਆ, ਮੈਂ ਕਿਹਾ ਗਾਣੇ ਗੁਣੇ ਲਿਖੀਏ, ਥੋੜਾ ਜਿਹਾ ਮਾਹੌਲ ਉਦਾਂ ਦਾ ਚਾਹੀਦਾ ਨਾ। ਹਾਂ ਬਿਲਕੁਲ ਮੈਨੂੰ ਬਿਲਕੁਲ ਪਤਾ ਕਿ ਜੀ, ਮੈਂ ਸਾਰਾ ਕੈਨੇਡਾ ਤੈਨੂੰ ਪਤਾ ਸਕੈਨ ਕੀਤਾ ਯਾਰ। ਸਹੀ ਗੱਲ ਆ, ਸਹੀ ਗੱਲ ਆ, ਤੁਸੀਂ ਪੁਰਾਣੇ ਥੰਮੋ। ਹੋਰ ਸੁਣਾਓ ਵੀਰੇ, ਚਲ ਫਿਰ ਇੱਕ ਤਾਂ ਗਾਣਾ ਗੁਣਾ ਸੁਣਾ ਦੇ ਹੁਣ, ਫਿਰ ਮੈਂ ਉਦੋਂ ਬਾਅਦ ਨਹਾ ਨੂ ਕੇ ਨਿਕਲਾਂ ਮੈਂ, ਨਹਾ ਕਿਹੜਾ ਕੇ ਫਿਰ ਸੁਣਾਵਾਂ ਗਾਣਾ ਦੱਸੋ, ਗਾਣਾ। ਕਿਹੜਾ ਸੁਣਾਵਾਂ? ਹੈ ਕਿਹੜਾ ਸੁਣਾਵਾਂ ਗਾਣਾ ਦੱਸੋ, ਉਹ ਹਿੰਟ ਗਾਣਾ ਸੁਣਾ। ਹਿੰਟ ਹਾਂ ਗਾ ਤਾਂ ਮੈਨੂੰ ਤੁਹਾਡੀ ਇੰਨਾ ਵਧੀਆ ਹੁੰਦਾ ਨਹੀਂ, ਲਿਖ ਲੁਖ ਮੈਂ ਲੈਣਾ, ਪਰ ਮੈਂ ਕੋਸ਼ਿਸ਼ ਕਰਦਾ। ਕਹਿੰਦਾ ਉਹ ਪਹਿਲੇ ਵੀ ਇੱਕ ਹੋ ਗਈ ਗੁੱਸੇ, ਦੂਜੇ ਵੀ ਇੱਕ ਬੋਲੇ ਰੁੱਸੇ, ਪਹਿਲੇ ਵੀ ਇੱਕ ਹੋ ਗਈ ਗੁੱਸੇ, ਦੂਜੇ ਵੀ ਇੱਕ ਬੋਲੇ ਰੁੱਸੇ, ਤੀਜੇ ਵੀ ਇੱਕ ਨਜ਼ਰਾਂ ਚੋਂ ਫਰਕ ਪਿਆ, ਜਿਹਦੇ ਜਾਗਦੇ ਦੀ ਜੂਨ ਅੱਖਾਂ ਨੇ ਵਿਗਾੜੀ ਪਈਆ, ਮਰਿਆਂ ਦਾ ਦੇਖਣੇ ਨੂੰ ਨਰਕ ਪਿਆ, ਬੈਠ ਕੇ ਪਿਆ ਕੇ ਚਾਹਵਾਂ ਫੇਰ ਤੋਰਿਆ, ਬੈਠ ਕੇ ਪਿਆ ਕੇ ਚਾਹਵਾਂ ਫੇਰ ਤੋਰਿਆ, ਬੈਠ ਕੇ ਪਿਆ ਕੇ ਚਾਹਾਂ ਫੇਰ ਤੋਰਿਆ, ਕੁੜੇ ਅਸੀਂ ਤੇਰੇ ਦਿਲ ਵਿੱਚੋਂ ਖੜੇ ਨਹੀਂ ਗਏ, ਥੋੜੇ ਥੋੜੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ, ਸਾਤੋਂ ਹੋ ਗਈ ਗਲਤੀ ਨਹੀਂ ਪੜੇ ਨਹੀਂ ਗਏ, ਛੱਡਣ ਦੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ, ਸਾਤੋਂ ਹੋ ਗਈ ਗਲਤੀ ਨਹੀਂ ਪੜੇ ਨਹੀਂ ਗਏ। ਥੈਂਕ ਯੂ ਜੀ। ਇਹ ਰਿਐਲਿਟੀ ਆ, ਇਹ ਰਿਐਲਿਟੀ ਆ, ਮੈਂ ਬਿਲਕੁਲ ਕਦੇ ਬਿਲਕੁਲ। ਖੜੇ ਨਹੀਂ ਗਏ। ਫਨੀ ਗੱਲ ਪਤਾ ਕੀ ਆ, ਮੈਂ ਵੀ ਇੰਗਲੈਂਡ ਸੀਗਾ ਜਦੋਂ ਇਹ ਗਾਣਾ ਲਿਖਿਆ, ਅੱਛਾ ਮੇਰੇ ਦਿਮਾਗ ਚ ਆਇਆ ਸੀ ਮੈਂ ਇੰਗਲੈਂਡ ਸੀਗਾ, ਪਤਾ ਨਹੀਂ ਮੇਰੇ ਦਿਮਾਗ ਚ ਬਹੁਤ ਘੈਂਟ ਗੱਲ ਆਈ, ਫਿਰ ਮੈਂ ਕਿਹਾ ਵੀ ਚਲੋ ਲਿਖਦੇ ਆ ਗਾਣਾ ਵਧੀਆ। ਮੈਂ ਇੱਕ ਦਿਨ ਗੱਡੀ ਚ ਤੇਰਾ ਗਾਣਾ ਸੁਣਾ, ਮੈਂ ਕਹਿੰਦਾ ਹਾਂਜੀ ਯਾਰ ਸਿਰੇ ਦੀ ਲੱਗ ਗਿਆ ਹੈ, ਮੈਂ ਥੋੜੇ ਥੋੜੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ, ਸਾਤੋਂ ਹੋਈ ਗਲਤੀ ਫੜੇ ਨਹੀਂ ਗਏ। ਚਲੋ ਤੁਹਾਡਾ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਤੁਸੀਂ, ਇਹ ਤੁਹਾਨੂੰ ਹਿੰਟਾਂ ਦਾ ਮੈਨੂੰ ਪਤਾ ਨਹੀਂ ਪਰ ਫੜੇ ਤੋਂ ਤੂੰ ਗਏ ਨਹੀਂ। ਚਲੋ ਕੋਈ ਨਹੀਂ, ਕਾਹਨੂੰ ਆਪਾਂ ਗੱਲ ਇਹ ਵੀ ਇੱਥੇ ਟੱਪ ਕਰ ਦਈਏ, ਖਬਰ ਲੱਗ ਜੂਗੀ ਕੱਲ ਨੂੰ ਕੀ ਪਤਾ। ਲੱਗ ਜਾਵੇ ਇਹ ਖਬਰ, ਖਬਰ ਉਹਨੇ ਵੀ ਰੋਟੀ ਖਾਣੀ ਆ। ਇਹ ਵੀ ਸਹੀ ਗੱਲ ਆ, ਸਹੀ ਗੱਲ ਆ ਵੀਰੇ, ਵਧੀਆ ਹਰੇਕ ਬੰਦੇ ਦਾ ਕੰਮ ਆ ਚਾਹੀਦਾ। ਉਹਨਾਂ ਦਾ ਰੋਟੀ ਇਹੀ, ਜੇ ਆਪਾਂ ਕੁਝ ਗਲਤ ਮਲਤ ਬੋਲਾਂਗੇ ਮਾੜਾ ਮੋਟਾ ਫੇਰ ਉਹਨਾਂ ਦਾ ਰੋਟੀ ਫੁਲਕਾ ਚੱਲਦਾ। ਚਲੋ ਚਲੋ ਚਲੋ, ਹਰੇਕ ਬੰਦੇ ਦਾ ਕੰਮ ਆ ਵੀਰੇ, ਆਪਾਂ ਕਿਸੇ ਨੂੰ ਨਹੀਂ ਦਿੰਦੇ। ਹੋਰ ਸਭ ਵਧੀਆ? ਬਸ ਵਧੀਆ ਵਧੀਆ। ਨਾ ਉਹਨੂੰ, ਤੁਸੀਂ ਰੈਡੀ ਹੋ, ਹੈਂ ਸ਼ੂਟ ਤੇ ਜਾਓ, ਇੱਥੇ ਵੱਜ ਗਏ ਰਾਤ ਦੇ 1:00। ਇੱਕ ਵੱਜ ਗਿਆ? ਹਾਂਜੀ ਹਾਂਜੀ ਹਾਂਜੀ, ਓਕੇ ਓਕੇ ਓਕੇ, ਗੁੱਡ ਲੱਕ ਫੋਰ ਦਾ ਸ਼ੂਟ ਮਾਈ ਬ੍ਰਦਰ, ਖੇਲੇ ਯੈਸ ਮਾਈ ਬ੍ਰਦਰ। ਮੈਂ ਹੁਣ ਲੱਗਾ ਇੱਕ ਚਿੰਗਮ ਖਾਣ ਤੇ, ਯਾ ਤੁਸੀਂ ਵੀ ਸੁਣਾ ਦਿਓ ਕੋਈ ਗਾਣਾ। ਮੈਂ ਸੁਣਾਉਣ ਲੱਗਾ ਚੀਮਾ, ਮੈਂ ਆਪ ਤਾਂ ਲਿਖਿਆ ਕੀ ਸੁਣਾ, ਆ ਕੋਂਡਾ ਚੀਮਾ ਆ। ਹਾਂ ਹਾਂ, ਉਹ ਕਹਿੰਦਾ ਹਾਂ ਹਾਂ, ਸਵੇਰੇ ਸਵੇਰੇ ਕਿੱਥੇ ਵਾਈ ਫੜ ਲਿਆ ਉਹ, ਤੈਨੂੰ ਤੈਨੂੰ ਸੁਣਾਉਣਾ ਕਿਤੇ ਕਿਤੇ ਕਿ ਪਹਿਲਾਂ ਮੈਂ ਸੁਣਾਉਣ ਲੱਗਾ ਯਾ ਹੋ ਤੈਨੂੰ ਇਹ ਜੇ ਸ਼ੌਕ ਹਥਿਆਰਾਂ ਦਾ, ਸਾਨੂੰ ਖੌਫ ਸਮੇਂ ਦੀਆਂ ਮਾਰਾਂ ਦਾ, ਪਰਾਂ ਰੱਖੇ ਆਪਣੀ ਬੰਦੂਕੜੀ, ਸਾਨੂੰ ਨੀ ਪਸੰਦ ਪਾਉਂਦੇ ਖੱਪ ਜੋ, ਉਹਨਾਂ ਚੋਂ ਹੁੰਨੇ ਆ ਅਸੀਂ ਵੈਲੀਆ, ਚੁੱਪ ਚਾਪ ਕੱਢ ਲੈਂਦੇ ਸੱਪ ਜੋ, ਕਿਆ ਬਾਤ ਉਹਨਾਂ ਹੈ, ਚੋਂ ਹੁੰਨੇ ਆ ਅਸੀਂ ਵੈਲੀਆ, ਚੁੱਪ ਚਾਪ ਕੱਢ ਲੈਂਦੇ ਸੱਪ ਜੋ, ਕਿਆ ਬਾਤ ਹੈ, ਉਹ ਨਾ ਹੀ ਸਰਪੰਚ ਅਸੀਂ ਬਣਨਾ, ਨਾ ਹੀ ਕਿਸੇ ਹੋਰ ਨੂੰ ਬਣਾਉਣਾ ਏ, ਨਾ ਹੀ ਕਿਸੇ ਲੀਡਰ ਦੀ ਕਰਨੀ, ਨਾ ਹੀ ਕੋਈ ਸਪੋਰਟ ਚ ਲਿਆਉਣਾ ਏ, ਆਪੇ ਤੀਰ ਤੋੜ ਦੇਣੀ ਉਹਨਾਂ ਦੀ, ਵੈਲੀ ਬਣ ਕੱਢ ਦੇਣੇ ਚੱਪ ਜੋ, ਕਿਆ ਬਾਤ ਹੈ, ਹੁਣੇ ਆ ਅਸੀਂ ਵੈਲੀਆ, ਚੁੱਪ ਚਾਪ ਕੱਢ ਲੈਂਦੇ ਸੱਪ ਜੋ ਸੱਪ ਜੋ, ਕਿਆ ਬਾਤ ਹੈ ਵੀਰੇ, ਖਿੱਚ ਕੇ ਬਹੁਤ ਘੈਂਟ ਸਨੇਕ। ਓਏ ਮੁੰਡਾ ਸਾਡੇ ਤੇਰੇ ਏਰੀ ਦਾ ਜੇ ਲਿਖਿਆ, ਅੱਛਾ ਅੱਛਾ ਸਾਡੇ ਏਰੀ ਦੇ ਵਾਵਾ ਲਿਖਦੇ ਵੀਰੇ, ਤੁਹਾਨੂੰ ਪਤਾ ਯਾਰ ਟੈਲੈਂਟ ਇਧਰ ਫਿਰ ਹੈ ਕਿੰਨੇ ਕੋਲ ਆ। ਅੱਛਾ ਅੱਛਾ ਨਹੀਂ ਵਧੀਆ ਲਿਖਿਆ ਹੋਇਆ ਬਾਈ ਨੇ, ਬਹੁਤ ਘੈਂਟ ਲਿਖਿਆ ਹੋਇਆ ਬਾਈ ਨੇ, ਬਹੁਤ ਘੈਂਟ ਹੋ ਗਿਆ ਕੰਮ ਤੇਰਾ, ਮੈਂ ਤੈਨੂੰ ਹਰ ਘੜੀ ਤਰ੍ਹਾਂ ਕਹਿੰਦਾ ਬਹੁਤ ਘੈਂਟ ਹੋ ਗਿਆ, ਕਿੱਥੋਂ ਤੁਰਿਆ ਸੀ ਤੂੰ। ਸਹੀ ਗੱਲ ਆ ਵੀਰੇ, ਦੇਖ ਲਓ ਕਿੱਥੋਂ ਬੱਸ ਚੜ੍ਹ ਕੇ ਵੀ ਜਾਂਦੇ ਰਹੇ ਆ, ਸਭ ਕੁਛ ਚੇਤਿਆ ਕਿ ਨਹੀਂ, ਤੁਸੀਂ ਵੀ ਜਾਂਦੇ ਰਹੇ, ਮੈਂ ਵੀ ਜਾਂਦਾ ਰਿਹਾ ਅੱਜ, ਕਿਰਪਾ ਬਾਬੇ ਦੀ, ਚਲੋ ਵਧੀਆ। ਸਵੇਰੇ ਸਵੇਰੇ ਆਪਾਂ ਸਾਰੀ ਰਾਤ ਬੈਠੇ ਰਹੇ, ਸਵੇਰ ਨੂੰ ਵੀਤ ਬਲਦੀ ਚੱਕਣੇ। ਹਾਂ ਏਅਰਪੋਰਟ ਤੇ ਗਏ ਆਪਾਂ, ਸਾਰੀ ਰਾਤ ਬੈਠੇ ਰਹੇ, ਸਵੇਰੇ ਉੱਠ ਕੇ ਵੀਤ ਬਾਈ ਨੂੰ ਚੱਕਣ ਗਏ, ਮੇਰੇ ਆਲੇ ਦੁਆਲੇ ਸਾਰੇ ਆਰਟਿਸਟ ਵੱਡੇ ਵੱਡੇ, ਮੈਂ ਵਿੱਚ ਜਵਾਕ ਜਾ, ਮੈਨੂੰ ਸਾਰੇ ਦੱਸਣ ਲੱਗ ਦਿੰਦੇ ਸੀ ਬਾਈ ਤੂੰ ਐਂ ਕਰੀ ਐਂ ਕਰੀ, ਪਰ ਤੁਸੀਂ ਬਹੁਤ ਘੈਂਟ ਦੱਸਿਆ ਵੀਰੇ, ਮੇਰੀ ਬਹੁਤ ਹੈਲਪ ਕੀਤੀ ਉਹ ਟਾਈਮ ਤੇ, ਉਹ ਚੀਜ਼ ਨੇ ਪਿੱਠ ਸੁਣਦੀ ਆ ਤੁਹਾਡੀ, ਵੀ ਡਿਜ਼ਰਵ ਮੂੰਹ ਤੇ ਗਈ ਹੈ ਨਾ, ਵੀ ਡਿਜ਼ਰਵ ਕਰਦਾ, ਬਿਲਕੁਲ ਬਿਲਕੁਲ ਘੈਂਟ ਗੱਲ ਗੱਲਾਂ ਬਾਤਾਂ ਹੋ ਗਈਆਂ, ਤੇ ਹੁਣ ਜੱਟਣਾ ਹੀ ਨਹਾਉਣਾ ਆ, ਅਗਰ ਕੱਲ ਵੀ ਨਾਤਾ ਪਰਸੋਂ ਵੀ ਨਾਤਾ, ਦੋ ਦਿਨ ਵਗੈਰਾ ਨਾ ਨਾ ਵੀਰੇ, ਗੁੱਡ ਲੱਕ ਸ਼ੂਟ ਲਈ,
ਖਿੱਚ ਦੋ ਕੰਮ ਤੇ ਗਾਣਾ ਆ ਰਿਹਾ ਗੈਰੀ ਵੀਰ ਦਾ ਬਹੁਤ ਘੈਂਟ, ਫੇਰ ਕੰਮ ਇਹ ਫੇਰ ਆਉਂਦੇ ਕੰਮ ਉੱਥੇ ਆਉਂਦੇ ਜੱਟ। ਸਟੋਰੀ ਪਤਾ ਕੀ ਸੀ ਉਹਦੇ ਵੈਸੇ, ਫੇਰ ਕੰਮ ਆਉਂਦੇ ਉੱਥੇ ਜੱਟ, ਹਾਂਜੀ ਬਾਰਡਰ ਤੇ ਲੜਾਈ ਹੋ ਗਈ ਜਿੱਦਾਂ ਜਿੱਦਾਂ ਹੁਣ ਤੈਨੂੰ ਪਤਾ ਇੰਡੀ ਵੀਡੀਓ ਤਾਂ ਬਣਾ ਨਹੀਂ ਸਕਦਾ, ਇਮੇਜਿਨੇਸ਼ਨ ਤਾਂ ਕਰੀ ਸਕਦੇ ਹਾਂ, ਯਾ ਯਾ ਪੁਰਾ ਬਿਲਕੁਲ ਤਾਂ ਬਿਲਕੁਲ, 1-2 ਲੱਖ ਰੁਪਏ ਵੀਡੀਓ ਤੇ ਲਾਉਣਾ ਹੁੰਦਾ, ਜੇ ਚੱਲੇਗਾ ਠੀਕ ਹਾਂ ਹੈ, ਬਿਲਕੁਲ ਨਹੀਂ ਬਿਲਕੁਲ ਚੱਲੇਗਾ ਬਿਲਕੁਲ। ਵੀ ਠੀਕ ਹੈ। ਹਾਂ ਹੋਰ ਕਿਤੇ ਐਵੇਂ ਹੀ ਕਹਿਤਾ ਵੀ ਭਾਈ 20 ਲੱਖ ਦੀ ਵੀਡੀਓ ਆ। ਹਾਂ, 1-2 ਵੱਧ ਤੋਂ ਵੱਧ ਮੇਰਾ ਬਜਟ ਹੁੰਦਾ 2 ਲੱਖ ਰੁਪਏ, ਬਿਲਕੁਲ ਬਿਲਕੁਲ। ਤੇ ਬਾਰਡਰ ਤੇ ਲੜਾਈ ਲੱਗੀ ਆ ਜੀ। ਅੱਛਾ ਉਤੋਂ ਬਾਕੀ ਜਿੱਦਾਂ ਹੋਰ ਜਿਹੜੇ ਆਪਣੇ ਤੋਂ ਦੇਸ਼ ਦੇ ਜਿਹੜੇ ਜਿਹੜੇ ਸੋਲਜਰ ਆ ਉਹ ਜਿੱਦਾਂ ਢਹਿ ਢੇਰੀ ਹੋ ਜਾਂਦੇ ਆ, ਅੱਛਾ ਫਿਰ ਉਹ ਜਿਹੜਾ ਮੇਨ ਬੰਦਾ, ਮੈਂ ਨਾਂ ਨੂੰ ਨੀ ਲੈਣਾ ਹੁੰਦਾ, ਜਿਹੜਾ ਮੇਨ ਬੰਦਾ ਨਾ ਉੱਪਰ ਟੋਪ ਦਾ ਜਿਹੜਾ ਫੌਜੀ ਹੁੰਦਾ, ਫਿਰ ਫੋਨ ਹਾਂਜੀ ਆਉਂਦਾ ਕਹਿੰਦਾ ਹਾਂਜੀ ਜੱਟ ਰਾਜ ਮੈਨੂੰ ਫੋਨ ਕਰੋ, ਅੱਛਾ ਮੈਂ ਗੂਗਲ ਗੂਗਲ ਲਾਉਂਦਾ ਹੋਇਆ ਜਿਆਦਾ, ਸਰਚ ਕੋਲੀ ਮਾਰਦਾ ਫਿਰ ਕੰਮ ਆਉਂਦਾ ਓਏ ਤੇਰਾ। ਹੋਏ ਕਿਆ ਬਾਤ ਆ, ਬਾਕੀ ਦੇਖਣ ਨੂੰ ਮਿਲੂਗੀ YouTube ਤੇ ਕਦੋਂ ਤੱਕ ਆ ਜਾਣਾ ਗਾਣਾ ਵੀਰੇ, ਇਹ ਰਿਵਿਊ ਗਾਣਾ ਆ ਆਉਂਦਾ ਜਾਣਾ ਦਿਸ ਫ੍ਰਾਈਡੇ, ਫਿਰ ਇਹ ਤਾਂ ਫ੍ਰਾਈਡੇ ਬਹੁਤ ਛੇਤੀ ਆ ਜਾਣਾ ਕਿਚੇ ਤੋਂ ਕੰਮ ਫਿਰਨਾ। ਦੈਟਸ ਗੁੱਡ, ਵਧੀਆ, ਤੈਨੂੰ ਇੰਨੇ ਪਤਾ ਜਾਣੇ ਲੋਕ ਲੋਕਡਾਊਨ ਚ ਬੈਠੇ ਆ, ਸਾਰਿਆਂ ਦਾ ਐਂਟਰਟੇਨਮੈਂਟ ਆਪਾਂ ਹੀ ਕਰਨੀ ਹੈ, ਸਹੀ ਗੱਲ ਨਹੀਂ ਹੈ। ਤਾਂ ਬਿਲਕੁਲ ਵੈਸੇ ਬਿਲਕੁਲ ਯਾਰ ਉਦਾਂ ਤਾਂ ਪਰਮਾਤਮਾ ਦਾ ਸ਼ੁਕਰ ਵੀ ਕਰੀਦਾ, ਲੋਕੀ ਨਾਲ ਪਿਆਰ ਕਰਦੇ ਯਾਰ, ਬਿਲਕੁਲ ਸਹੀ ਗੱਲ ਆ ਵੀਰੇ, ਬਿਲਕੁਲ ਸਹੀ ਗੱਲ ਹਾਂ, ਆ। ਨਹੀਂ ਸਾਡਾ ਉੱਥੇ ਇਕੱਲੇ ਬਾਥਰੂਮ ਚ ਗਾ ਕੇ ਕਦੀ ਸੁਣਿਆ, ਇੱਧਰ ਨੂੰ ਗਾਰਡਨ ਚ ਗਾ ਕੇ ਕਰੀ, ਇੱਧਰ ਨੂੰ ਗਾ ਲਿਆ, ਲੋਕੀ ਕਹਿੰਦਾ ਮੈਂਟਲ ਲੱਗਦਾ ਪਾਗਲ ਆ ਇਹ, ਹੈਨਾ। ਸਹੀ ਗੱਲ ਆ, ਬੱਦੋ ਬੱਦ ਯਾਰਾਂ ਨੂੰ ਸੁਣਾ ਲਈਦਾ ਸੀ, ਨਸੀਬ ਹਾਂ ਵੀਰੇ ਆਪਣੇ ਵਧੀਆ, ਚਲੋ ਰੱਬ ਨੇ ਜੋ ਵੀ ਕੀਤਾ ਵਧੀਆ ਕੀਤਾ, ਬਾਕੀ ਜਿੰਨੇ ਚਾਹਣ ਵਾਲੇ ਆ ਉਹਨਾਂ ਲਈ ਆਪਾਂ ਤਾਂ ਐ ਹੋ ਕੇ ਚੱਲੀਦਾ ਵੀ ਬਾਈ ਥੈਂਕ ਯੂ ਤੁਹਾਡੇ ਕਰਕੇ, ਉਹਨਾਂ ਤੋਂ ਬਿਨਾਂ ਤਾਂ ਬਾਈ ਹੈ ਹੀ ਨਹੀਂ ਕੱਖ ਨਹੀਂ ਹੈਗੇ ਆਪਾਂ, ਉਹੀ ਜਿੰਨੇ ਲੋਕ ਦੇਖਦੇ ਆ ਇਹ ਤਾਂ ਕਈ ਲੋਕ ਮੰਨ ਜਾਂਦੇ ਆ ਕਈ ਨਹੀਂ ਮੰਨਦੇ, ਮੈਂ ਆਪਾਂ ਤਾਂ ਬਾਈ ਇੱਕ ਥਾਪੜ ਕੇ ਮੰਨੀਦਾ ਵੀ ਕੱਖ ਨਹੀਂ ਹੈਗੇ, ਜੇ ਮੈਨੂੰ ਕੋਈ ਸੁਣਨ ਵਾਲਾ ਨਹੀਂ ਹੈਗਾ ਮੈਂ ਕਿਹਨੂੰ ਸੁਣਾਉਂਗਾ ਕਿ ਨਹੀਂ, ਸਹੀ ਗੱਲ ਹੈ ਮਤਲਬ। ਇਹ ਗੱਲ ਤਾਂ ਇਹਨਾਂ ਹੈਗੀ ਨੇ ਆ। ਕਰਨ ਔਜਲਾ ਬਣਾਇਆ, ਇਹਨਾਂ ਨੇ ਗੈਰੀ ਸੰਧੂ, ਹਾਂ ਇਹਨਾਂ ਇਹਨਾਂ ਨੇ ਤਾਂ ਕੀਤਾ ਬਣਾਇਆ, ਇਹਨਾਂ ਨੇ ਢਾਉਣਾ ਦੇਖ ਲਓ, ਆਪਾਂ ਦੇਖੀ ਨੇ ਆਪਣੇ ਮੂਹਰੇ ਕਈ ਬਾਈ ਆਡੀਅੰਸ ਆ ਨਾ ਜਿਹੜੀ ਜਿੰਨੇ ਵੀ ਆਪਾਂ ਨੂੰ ਚਾਹਣ ਵਾਲੇ ਨੇ, 2 ਮਿੰਟ ਦੀ ਸੰਗੀ ਨੱਪ ਸਕਦਾ ਕਿਸੇ ਵੀ ਸਿੰਗਰ ਦੀ, ਇਹਨਾਂ ਦੇ ਮੂਹਰੇ ਚੌੜਦੀ ਕਦੇ ਵੀ ਸਹੀ ਗੱਲ ਨੈਵਰ। ਹੈ, ਕਿ ਨਾਲੇ ਵੱਡੇ 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 ਢਾ ਲੈਂਦੇ ਆ ਤਾਂ, ਨਾਲੇ ਬਿਲਕੁਲ ਇਹਨਾਂ ਸਹੀ ਨੂੰ ਗੱਲ ਆ ਬਈ, ਦੱਸਾਂ ਆਪਾਂ ਆਪਾਂ ਸੋਚਦੇ ਆ ਵੀ ਆਪਾਂ ਇਹ ਇਹਨਾਂ ਨੂੰ ਕੁਝ ਨਹੀਂ ਪਤਾ, ਸਭ ਪਤਾ ਇਹਨਾਂ ਨੂੰ, ਪਬਲਿਕ ਸਭ ਕੁਝ ਕਿਹੋ ਜਿਹੀ ਪਤਾ ਆ ਬਈ, ਜਾਣ ਸਭ ਕੇ। ਕੁਝ ਪਤਾ, ਪਾਗਲ ਥੋੜੀ ਆ, ਨਾਲੇ ਆਪਣੇ ਪੰਜਾਬੀ ਨੇ ਪਹਿਲੇ ਨੰਬਰ ਤੇ, ਹਾਂ ਇਹਨਾਂ ਨੂੰ ਸੁਣਨਾ ਵੀ ਆਉਂਦਾ, ਇਹਨਾਂ ਨੂੰ ਬੰਦਾ ਜੱਜਮੈਂਟ ਵੀ ਕਰਨਾ ਆਉਂਦਾ, ਬਿਲਕੁਲ ਸਹੀ ਗੱਲ ਆ, ਸਭ ਕੁਝ ਪਤਾ, ਕਈ ਕਹਿੰਦੇ ਨੇ ਵੀ ਇਹ ਪੇਂਡੂ ਨੇ ਆਏ ਨੇ ਬਾਈ, ਸਭ ਕੁਝ ਪਤਾ, ਪਿੰਡਾਂ ਵਾਲੇ ਹੀ ਤੇਜ਼ ਨੇ ਬਾਈ, ਸਹੀ ਗੱਲ ਹੈ, ਸਹੀ ਗੱਲ ਹੈ, ਨਹੀਂ ਕੋਈ ਪਤਾ, ਆਪਾਂ ਹੀ ਪਿੰਡਾਂ ਵਾਲੇ ਹੀ ਆ, ਦੇਖ ਲਓ ਤੁਸੀਂ ਚਲ ਇੰਗਲੈਂਡ ਇੱਕ ਵਾਰ ਮੂਰੇ ਲਾ ਕੇ ਫਿਰ ਫਿਰ ਮਿਲ ਕੈਨੇਡਾ ਲਾਂਗਾ, ਮੂਰੇ ਲਾਇਆ, ਉੱਤੇ ਨਹੀਂ ਚਲੋ ਨਹਾਓ ਤੁਸੀਂ, ਕਰਾਇਆ ਕਰ ਪਰਪਲ ਟੀ ਸ਼ਰਟ, ਹੈਂ ਡੋਲਾ ਡੂਲਾ ਫਰਕਦਾ, ਫੁੱਲ ਕਿਦਾਂ ਡੋਲਾ ਫਰਕਦਾ, ਮੈਂ ਕਿਹਾ ਕਿਆ ਬਾਤ ਹੈ, ਤੁਹਾਡੇ ਪਿੰਡ ਗਿਆ ਸੀ ਵੀਰੇ ਮੈਂ ਉੱਥੇ ਸੱਚ ਆਪਣੇ ਵਾਹ, ਵਰਗੇ, ਵਾਇਰ ਸੀ ਕਿਹਾ ਨਾ ਤੂੰ, ਹਾਂ ਉੱਥੇ ਮੈਂ ਕਲੱਬ 'ਚ ਗਿਆ ਸੀ ਆਪਣੇ ਸੌਕਰ ਵਾਲੇ 'ਚ, ਅੱਛਾ, ਕਿੱਦਾਂ ਰਿਹਾ ਬਹੁਤ ਉੱਥੇ? ਬਹੁਤ ਘੈਂਟ ਉਪਰਾਲਾ ਕੀਤਾ ਹੋਇਆ ਵੀਰੇ ਯਾਰ ਉਹਨਾਂ ਨੇ, ਮੈਨੂੰ ਸਾਰਾ ਟੂਟਰ ਉਹਨਾਂ ਨੇ ਦਵਾਇਆ ਸੀ, ਬਹੁਤ ਘੈਂਟ ਚੀਜ਼, ਚਲੋ ਅਗਲੇ ਸਾਲ ਫਿਰ ਮੈਂ ਹੋਵਾਂਗਾ ਪਿੰਡ ਤੇ ਫਿਰ ਆਪਾਂ ਜਾਵਾਂਗੇ ਇਕੱਠੇ, ਆ ਫਿਰ ਲਾਵਾਂਗੇ, ਤਾਂ ਇਕੱਠੇ ਆਪਾਂ ਗੇਮ ਗੂਮ ਵੀ ਲਾਵਾਂਗੇ ਫਿਰ ਤਾਂ, ਖੇਡਦਾ ਖੁੱਡਦਾ ਕੀ ਮੈਂ ਦੱਸ ਪਹਿਲਾਂ ਕਾਹਦੀ ਗੇਮ, ਫੁੱਟਬਾਲ ਬਾਈ, ਸੈਂਟਰ ਫਾਰਵਰਡ, ਨੈੱਟ ਭਾੜਦਾ ਨਾ ਮਾਰ ਕੇ, ਫਿਰ ਦੇਖ ਲੈਂਦੇ, ਮੈਂ ਤਾਂ ਹੁਣ ਸਿਆਣਾ ਹੋ ਗਿਆ, ਨਹੀਂ ਨਹੀਂ ਸਿਆਣਾ ਵੀਰੇ ਤੂੰ, ਸਿਆਣਾ ਤਾਂ ਵੀਰੇ ਤੂੰ ਸ਼ੁਰੂ ਤੋਂ ਹੀ ਆ, ਪਰ ਉਦਾਂ ਉਮਰ ਤੋਂ ਲੱਗਦਾ ਮੈਂ ਦੱਸਣੀ ਕਾਹਨੂੰ ਹੁਣ ਉਮਰ, ਉਹ ਡੱਗੀ ਜਾਵੇ ਯਾਰ, ਅਰੋਂ ਕਿਵੇਂ ਡੈਮ, ਨਾ ਨਾ ਮੈਂ ਯੂਰੋ, ਬੜਾ ਨਹੀਂ ਨਹੀਂ ਵੀਰੇ ਤੂੰ ਲੱਗਦਾ ਨਹੀਂ ਹੈਗਾ, ਯੂ ਲੁੱਕ ਲਾਈਕ ਆਪਾਂ ਮੈਂ 22 ਟ੍ਰੇਨ ਬ੍ਰੋ ਕਰਦਾ, ਮੈਂ ਤਾਂ ਖੇਰੇ ਆਇਰਲੈਂਡ ਨਹੀਂ ਆ, ਪਾਰਕ ਆ ਪੁੱਲੀਆਂ ਕਰਦੀਆਂ ਦੌੜ ਦੌੜ ਕੇ, ਸਹੀ ਗੱਲ ਆ, ਸਹੀ ਗੱਲ ਆ, ਪੁੱਲੀਆਂ ਕਰਦੀਆਂ, ਫਰੈਂਡ ਫਰੂਡ ਵੀ ਤੁਹਾਡੇ ਇੱਥੇ ਵਧੀਆ ਨੇ, ਹਾਂ ਘੈਂਟ ਆ ਕੰਮ, ਚਲੋ ਵਾਈ ਵਧੀਆ ਐਫ ਸੀ ਵਧੀਆ, ਰੋਟਕਾ ਕਲਾ ਘੈਂਟ ਯਾਰ, ਉਹ ਬੰਦੇ ਬਹੁਤ ਬਿਗ ਘੈਂਟ ਆ, ਸ਼ਾਟ ਅਪ ਮੈਨ, ਵਾਈ ਐਫ ਸੀ ਹਾਂ ਰੋਟਕਾ ਕਲਾ, ਦੇ ਬਹੁਤ ਸਟਾਫ ਘੈਂਟ ਕੰਮ, ਜ਼ੀਰੋ ਹੋਏ ਆ, ਆਪਣੇ ਬਿਲਕੁਲ ਮੁੰਡਿਆਂ ਨੇ ਸਹੀ, ਪਿੰਡ ਦੇ ਨੇ ਸ਼ੁਰੂ ਕੀਤਾ ਸੀ, ਹੁਣ ਲਾਈਕ ਠੀਕ ਉੱਥੇ ਸਾਡੇ ਏਰੀਆ ਵਿੱਚ 800 ਨਿਆਣਾ ਟ੍ਰੇਨ ਕਰਦਾ ਉੱਥੇ, ਬਹੁਤ ਵੱਡੀ ਗੱਲ ਆ ਬਾਈ, ਨਾਲੇ ਬਾਹਰੋਂ ਆਉਂਦੇ ਆ ਜੋ ਆ ਗਏ ਯਾਰ, ਜਰਮਨ ਜੁਰਮਨ ਤੋਂ ਸਾਰੇ ਕਿਤੋਂ ਆਉਂਦੇ ਆ, ਹਾਂ 800 ਨਿਆਣਾ ਟ੍ਰੇਨ ਕਰਦਾ ਬਹੁਤ ਇਸ ਲੱਕ, ਚਲੋ ਬਾਕੀ ਤਾਂ ਕਿਸਮਤ ਹੁੰਦੀ ਹੈ, ਬਸ ਕਿੰਨੇ 100 ਨਿਆਣਾ ਉੱਥੇ ਸੁਧਰਿਆ, ਸਹੀ ਗੱਲ ਆ, ਸਹੀ ਗੱਲ ਆ ਵੀਰੇ, ਹਨਾ, ਨਹੀਂ ਬਗਾਨ ਬਹੁਤ ਵਾਲੇ ਵਧੀਆ ਗੱਲ ਆ, ਮਗਾਨ ਵਾਲੇ ਸਾਰੇ ਪਾਸੇ ਤੁਰੇ ਪਏ, ਸਧਾਰਨ ਵਾਲੇ ਬਹੁਤ, ਉਹਨਾਂ ਬਰਾਵਾ ਵੀ ਵਿਚਾਰੇ, ਉਹਨਾਂ ਦੀਆਂ ਵੀ ਲੱਤਾਂ ਖਿੱਚਦੇ ਹੁੰਦੇ ਲੋਕ, ਸਹੀ ਗੱਲ ਆ ਵੀਰੇ, ਬਿਲਕੁਲ ਸਹੀ ਗੱਲ ਆ, ਕੋਈ ਚੰਗਾ ਕੰਮ ਕਰੇ ਉਹਦੀਆਂ ਜ਼ਿਆਦਾ ਲੱਤਾਂ ਖਿੱਚਦੇ ਆ, ਇਹ ਵੀ ਸਹੀ ਗੱਲ ਸਾਰੇ ਆ ਪਾਸੇ, ਵੀਰੇ, ਕਿਉਂਕਿ ਸਹੀ ਮੈਨੂੰ ਗੱਲ ਲੱਗਦਾ ਪੁਣੀ ਪੈਸੇ ਖਾ ਜਾਂਦੇ ਹੋ, ਪੈਸੇ ਦੀ ਵਿਚਾਰੇ ਕਿੱਥੇ ਖਾ ਜਾਂਦੇ ਹੋ, ਸਹੀ ਗੱਲ ਆ ਵੀਰੇ, ਪੈਸੇ ਪੂਸੇ ਕਿੱਥੇ ਬਣਦੇ ਵਿਚਾਰੇ, ਇੱਕ ਤਾਂ ਜਵਾਕਾਂ ਨੂੰ ਸਹੀ ਰਾਹੇ ਪਾਉਂਦੇ ਆ, ਖੇਡਾਂ ਖੁੱਡਾਂ ਦੇ ਹੱਥੀ ਰੱਖਦੇ ਆ, ਹੋਰ ਕੀ ਚਾਹੀਦਾ ਵੀਰੇ, ਹਾਂ ਬਿਲਕੁਲ ਬਿਲਕੁਲ। ਚੱਲ